ਕੱਚਾ ਸੀ ਮਕਾਨ ਡਿੱਗ ਗਿਆ। ਅਸੀਂ 4 ਸਾਲ ਹੋ ਗਏ ਆ, 5 ਸਾਲ ਅਸੀਂ ਕਿਰਾਏ ਤੇ ਰਹਿੰਦੇ ਆ, ਹਾਂਜੀ, ਤੇ ਉੱਥੇ ਵੀ ਬੱਤੀ ਬਿਜਲੀ ਸਭ ਕੁਛ ਕੱਟਿਆ ਦਾ, ਪਾਣੀ ਪੂਣੀ ਕੁਛ ਨਹੀਂ ਹੈਗਾ, ਮਤਲਬ ਹਨੇਰੇ 'ਚ ਸੌਂਦੇ ਹੋ ਰੋਜ਼ ਦੀ। ਹਨੇਰੇ 'ਚ ਸੋਨੇ ਆ। ਹਾਂਜੀ ਦੋਸਤੋ, ਅੱਜ ਅਸੀਂ ਗੁਰਦਾਸਪੁਰ ਸ਼ਹਿਰ ਦੇ ਸੰਗਲਪੁਰਾ ਰੋਡ ਤੇ ਪਹੁੰਚੇ ਆ। ਸੰਗਲਪੁਰਾ ਰੋਡ ਤੇ ਇੱਕ ਉਹ ਪਰਿਵਾਰ ਰਹਿੰਦਾ ਜਿਹਨੂੰ ਵਾਕਈ ਤੁਹਾਡੀ ਮਦਦ ਦੀ ਬਹੁਤ ਲੋੜ ਆ, ਲੇਕਿਨ ਇਹ ਹੈ ਕਿ ਉਹਨਾਂ ਤੱਕ ਕੋਈ ਵੀ ਨਹੀਂ ਪਹੁੰਚ ਪਾ ਰਿਹਾ। ਇਹ ਪਰਿਵਾਰ ਸੰਗਲਪੁਰਾ ਰੋਡ ਤੇ ਰਹਿ ਰਿਹਾ ਔਰ ਇਸ ਪਰਿਵਾਰ ਦਾ ਜਿਹੜਾ ਮੁਖੀ ਆ ਉਹਦੀ ਜਿਹੜੀ ਡੈਥ ਹੋ ਚੁੱਕੀ ਆ ਔਰ ਇਹਨਾਂ ਦੀਆਂ ਪਰਿਵਾਰ ਦਾ ਪਾਲਣ ਪੋਸ਼ਣ ਤਾਂ ਚਲੋ ਬਹੁਤ ਮੁਸ਼ਕਿਲ ਹੈ, ਲੇਕਿਨ ਇੱਕ ਹੋਰ ਵੱਡੀ ਜਿਹੜੀ ਪ੍ਰੋਬਲਮ ਇਸ ਪਰਿਵਾਰ 'ਤੇ ਆਈ ਆ, ਇਸ ਪਰਿਵਾਰ ਦੇ ਘਰ ਦੀ ਜਿਹੜੀ ਉਹ ਛੱਤ ਡਿੱਗ ਚੁੱਕੀ ਹੈ ਔਰ ਮੁਹੱਲੇ ਵਾਲਿਆਂ ਦੇ ਸਹਿਯੋਗ ਨਾਲ ਜਿਹੜੀ ਇਹ ਇਹਨਾਂ ਨੂੰ ਦੁਬਾਰਾ ਤੋਂ ਛੱਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਕਿਤੇ ਵੀ ਹਜੇ ਤੱਕ ਸਫਲਤਾ ਨਹੀਂ ਮਿਲ ਰਹੀ ਕਿਉਂਕਿ ਪਰਿਵਾਰ ਕੋਲ ਇੰਨਾ ਮਹਿੰਗਾ ਮਟੀਰੀਅਲ ਹੈ, ਇੰਨਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕਿੰਨੀ ਮਹਿੰਗਾਈ ਆ ਔਰ ਇਹ ਖਰਚਾ ਨਹੀਂ ਕਰ ਪਾ ਰਹੇ। ਛੋਟੇ ਛੋਟੇ 2-3 ਬੱਚੇ ਨੇ ਜਿਨ੍ਹਾਂ 'ਚ 2 ਕੁੜੀਆਂ 1 ਲੜਕਾ ਹੈ ਔਰ ਹਾਲਾਤ ਇਹ ਨੇ ਕਿ ਘਰ ਦੀ ਛੱਤ ਡਿੱਗਣ ਤੋਂ ਬਾਅਦ ਜਦੋਂ ਕਿਰਾਏ 'ਤੇ ਰਹਿਣਾ ਪਿਆ ਔਰ ਕਿਰਾਇਆ ਵੀ ਨਾ ਦੇਣ ਦੇ ਚੱਕਰ ਦੇ ਵਿੱਚ ਉਹਨਾਂ ਦੇ ਹੁਣ ਹਾਲਾਤ ਹੋਰ ਵੀ ਜਿਹੜੇ ਵਿਗੜਦੇ ਜਾ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਘਰ ਦੀਆਂ। ਇਹ ਗੁਰਦਾਸਪੁਰ ਸ਼ਹਿਰ ਦਾ ਸੰਗਲਪੁਰਾ ਰੋਡ ਹੈ ਕਿਉਂਕਿ ਇਸੇ ਰੋਡ 'ਤੇ ਬਹੁਤ ਸਾਰੇ ਸ਼ਹਿਰਦਾਰ ਲੋਕ ਰਹਿੰਦੇ ਨੇ ਜਿਹੜੇ ਦਾਨੀ ਸੱਜਣ ਵੀ ਨੇ ਔਰ ਇੱਕ ਦੂਜੇ ਦੀ ਬਾਂਹ ਫੜਨ ਵਾਲੇ ਨੇ। ਅਸੀਂ ਉਹ ਹੀ ਵੀਡੀਓ ਚਲਾਉਂਦੇ ਹਾਂ ਜਿਹਦੇ ਵਿੱਚ ਵਾਕਈ ਸਾਨੂੰ ਇਹ ਲੱਗੇ ਕਿ ਇਸ ਪਰਿਵਾਰ ਨੂੰ ਮਦਦ ਦੀ ਲੋੜ ਹੈ। ਆਓ ਅੱਜ ਉਸ ਪਰਿਵਾਰ ਨਾਲ ਤੁਹਾਨੂੰ ਮਿਲਾਉਂਦੇ ਹਾਂ ਔਰ ਉਸ ਪਰਿਵਾਰ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਹਾਂ ਜਿਸ ਪਰਿਵਾਰ ਦੇ ਉੱਤੇ ਐਟ ਪ੍ਰੈਜੈਂਟ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ। ਕੋਈ ਪਾਣੀ ਨਹੀਂ, ਕੋਈ ਕੁਛ ਨਹੀਂ ਹੈਗਾ। ਅੱਛਾ, ਤੇ ਇਹ ਥੋੜਾ ਬਹੁਤਾ ਇੰਨੇ ਕੁ ਤੱਕ ਪਹੁੰਚਾਇਆ ਕਿਸੇ ਨੇ, ਤੇ ਬਸ ਲੋਕਾਂ ਦੀ ਮਦਦ ਨਾਲ ਪਹੁੰਚਿਆ। ਹਾਂਜੀ, ਤੇ ਸਿਲੰਡਰ ਵਾਸਤੇ ਹੁਣ ਪੈਸੇ ਕੁਛ ਨਹੀਂ ਹੈਗਾ ਸਾਡੇ ਕੋਲ, ਤੇ ਉੱਥੇ ਲਾਈਟ ਨਹੀਂ ਹੈਗੀ, ਉੱਥੇ ਲਾਈਟ ਨਹੀਂ ਹੈਗੀ, ਪਾਣੀ ਹੈ ਨਹੀਂ। ਬੱਚੇ ਜਿਹੜੇ ਛੋਟੇ ਛੋਟੇ ਆ ਇਦਾਂ ਹੀ ਗਰਮੀ 'ਚ ਸੌਂਦੇ ਰੋਜ਼। ਹਾਂਜੀ, ਸੋ ਦੋਸਤੋ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਹੇ ਹਾਂ ਕਿ ਇਹ ਹਾਲਾਤ ਨੇ ਸਾਡੇ ਗੁਰਦਾਸਪੁਰ ਸ਼ਹਿਰ ਦੇ ਔਰ ਇਹ ਪਰਿਵਾਰ ਸਾਡੇ ਗੁਰਦਾਸਪੁਰ ਸ਼ਹਿਰ ਦੀ ਸੰਗਲਪੁਰਾ ਰੋਡ ਤੇ। ਤੇ ਤੁਹਾਡੇ ਹਸਬੰਡ ਦੀ ਡੈਥ ਹੋ ਗਈ ਸੀ? ਹਾਂਜੀ, ਉਹਨਾਂ ਦੀ ਡੈਥ ਹੋ ਗਈ, ਕਿਡਨੀਆਂ ਫੇਲ ਸੀ ਉਹਨਾਂ ਦੀਆਂ। ਤੁਹਾਡੀਆਂ 2 ਬੇਟੀਆਂ ਸੀ? ਹਾਂਜੀ, ਇੱਕ ਬਿਮਾਰ ਆ, ਇੱਕ ਬਿਮਾਰ ਆ, ਬੁਖਾਰ ਚੜਿਆ ਦਾ, ਬੁਖਾਰ ਬਹੁਤ ਤੇਜ਼ ਆ ਤੇ ਫਿਰ ਉੱਥੋਂ ਨਹੀਂ ਨਾ ਜਾਂਦੀ। ਅੱਛਾ, ਬੇਟੀ ਮੇਰੀ ਮਾਸੀ ਘਰ ਮੈਂ ਛੱਡ ਕੇ ਆਈ ਦੀ ਆ ਇਸ ਟਾਈਮ। ਅੱਛਾ, ਹਾਂਜੀ, ਕਿਉਂਕਿ ਗਰਮੀ ਬਹੁਤ ਜ਼ਿਆਦਾ ਇੱਥੇ ਤੇ ਬੱਤੀ ਹੈ ਨਹੀਂ, ਤੇ ਫਿਰ ਫਿਲਹਾਲ ਮੈਂ ਉੱਧਰ ਛੱਡ ਕੇ ਆਈ ਦੀ ਆ। ਮਤਲਬ ਇਹ ਜਦੋਂ ਘਰ ਡਿੱਗਾ ਤੁਸੀਂ ਫਿਰ ਕਿਰਾਏ ਤੇ ਚਲੇ ਗਏ ਔਰ ਹਾਂਜੀ ਕਿਰਾਇਆ ਨਾ ਦੇਣ ਦੇ ਚੱਕਰ 'ਚ ਕੱਟਿਆ ਗਿਆ ਕਨੈਕਸ਼ਨ ਜਾਂ ਕਿੱਦਾਂ? ਹਾਂਜੀ, ਕਿਰਾਇਆ ਨਾ ਦੇਣ 'ਚ। ਕਿੰਨਾ ਕਿਰਾਇਆ ਲੈ ਰਹੇ ਸੀ? ਕਿਰਾਇਆ 1500 ਇੱਕ ਕਮਰੇ ਦਾ ਵਾ, 2 ਕਮਰੇ ਆ। ਦਿੱਤਾ ਨੀ ਜਾ ਰਿਹਾ, ਉਹਨਾਂ ਨੇ ਬੱਤੀ ਕੱਟ ਦਿੱਤੀ ਹੈ। ਹਾਂਜੀ, ਤੇ ਇਹ ਜਿੱਦਾਂ ਬੱਚੇ ਕਿੱਥੇ ਪੜ੍ਹਦੇ ਨੇ? ਬੱਚੇ ਮੰਡੀ ਸਕੂਲ ਪੜ੍ਹਦੇ ਆ, ਸਰਕਾਰੀ ਸਕੂਲ। ਹਾਂਜੀ, ਉੱਥੇ ਤਾਂ ਕੋਈ ਪੈਸਾ ਨੀ ਲੱਗ ਰਿਹਾ? ਨਹੀਂ, ਉੱਥੇ ਨੀ ਲੱਗ ਰਿਹਾ। ਬਸ ਅਸੀਂ ਮਦਦ ਚਾਹੁੰਦੇ, ਸਾਡਾ ਬਸ ਲੈਂਟਰ ਪੈ ਜਾਏ, ਹੋਰ ਕੁਛ ਨੀ ਚਾਹੀਦਾ ਸਾਨੂੰ। ਹੁਣ ਕੰਮ ਰੁਕ ਚੁੱਕਾ ਸਾਰਾ? ਹਾਂਜੀ, ਟੋਇਲੇਟ ਬਾਥਰੂਮ ਵੀ ਨਹੀਂ ਹੈ, ਕੁਛ ਨਹੀਂ ਹੈ, ਲਾਈਟ ਵੀ ਨਹੀਂ ਹੈਗੀ, ਇੱਧਰ ਵੀ ਨਹੀਂ ਹੈਗੀ। ਹਾਂਜੀ, ਸੋ ਦੋਸਤੋ ਇਹ ਨੇ ਸਾਡੇ ਗੁਰਦਾਸਪੁਰ ਸ਼ਹਿਰ ਦੇ ਉਹਨਾਂ ਪਰਿਵਾਰਾਂ ਦੇ ਹਾਲਾਤ। ਇਹ ਵਾਕਈ ਮਦਦ ਦੀ ਗੁਹਾਰ ਹੈ ਔਰ ਕਿਉਂਕਿ ਇਹ ਜੇ ਛੋਟਾ ਪ੍ਰੋਜੈਕਟ ਹੁੰਦਾ ਜਾਂ
ਅਸੀਂ ਇੰਨੇ ਜੋਗੇ ਹੁੰਦੇ ਤਾਂ ਅਸੀਂ ਆਪ ਹੀ ਕਰ ਦੇਣਾ ਸੀ, ਫਿਰ ਵੀ ਤੁਹਾਡੇ ਸਾਰੇ ਦੋਸਤਾਂ ਦੀ ਮਦਦ ਦੀ ਲੋੜ ਹੈ, ਕਿਉਂਕਿ ਅਸੀਂ ਤਾਂ ਨਹੀਂ ਝਿਜਕਦੇ ਕੋਈ ਵੀ ਕਿਸੇ ਦੀ ਮਦਦ ਕਰਨ ਤੋਂ। ਪਰ ਲੇਕਿਨ ਜਿਹੜੇ ਤੁਸੀਂ ਦੋਸਤ ਵੀਡੀਓ ਦੇਖ ਰਹੇ ਹੋ, ਵੀਡੀਓ ਦੇਖ ਕੇ ਇਗਨੋਰ ਨਾ ਕਰਿਓ, ਔਰ ਮਦਦ ਇਹਨਾਂ ਦੀ ਜ਼ਰੂਰ ਚਾਹੀਦੀ, ਕਿਉਂਕਿ ਦੇਖੋ ਤੁਹਾਡਾ ਪਰਿਵਾਰ ਜਿਹੜਾ ਕਿ ਉਹ ਬੱਚੇ ਫਿਰ ਗਰਮੀ 'ਚ ਸੌਂਦੇ ਰਾਤ ਨੂੰ। ਹਾਂਜੀ, ਬੱਚਿਆਂ ਨੂੰ ਪੱਖੀਆਂ ਲੈ ਲੈ ਕੇ ਝੱਲ ਕੇ ਸਵਾਨੀ ਆ, ਰਾਤ ਮੈਂ ਜਾ ਕੇ ਕੱਟਦੀ ਆ। ਅੱਛਾ, ਹਾਂਜੀ, ਬੜਾ ਔਖਾ ਵਾ ਫਿਰ, ਹਨਾ। ਮਤਲਬ ਇਹ ਬੱਚੀ ਕਿਹੜੀ ਕਲਾਸ 'ਚ ਪੜ੍ਹਦੀ ਆ? 4th ਕਲਾਸ 'ਚ। ਅੱਛਾ, ਇਹਦਾ ਕੀ ਨਾਮ ਹੈਗਾ? ਕ੍ਰਿਸ਼ਨਾ। ਕ੍ਰਿਸ਼ਨਾ ਕਿਹੜੀ ਕਲਾਸ 'ਚ ਤੂੰ? ਸੈਕਿੰਡ 'ਚ। ਤੂੰ ਬੇਟਾ 4th 'ਚ? ਹਾਂ। ਛੋਟੇ ਬੱਚੇ ਨੇ, ਉਹ ਜਿਹੜੀ ਦੂਸਰੀ ਲੜਕੀ ਜਿਹੜੀ ਬਿਮਾਰ, ਉਹ 6th 'ਚ ਆ। ਉਹ ਵੱਡੀ ਇਹਨਾਂ ਤੋਂ 6th ਕਲਾਸ 'ਚ। ਹਾਂਜੀ। ਸੋ ਇਹ ਜਿੰਨੀਆਂ ਐਨ ਜੀ ਓਜ਼ ਵੀਡੀਓ ਦੇਖ ਰਹੇ ਨੇ, ਜਿੰਨੇ ਸੋਸ਼ਲ ਵਰਕਰ ਵੀਡੀਓ ਦੇਖ ਰਹੇ ਨੇ, ਪੋਲੀਟੀਸ਼ੀਅਨ ਵੀਡੀਓ ਦੇਖ ਰਹੇ ਨੇ, ਕੋਈ ਆਫੀਸਰ ਵੀਡੀਓ ਦੇਖ ਰਿਹਾ, ਤੇ ਕਿਰਪਾ ਕਰਕੇ ਇਹਨਾਂ ਦੀ ਜਿਹੜੀ ਵਿਵਸਥਾ ਉਹ ਲੈਂਟਰ ਦੀ ਸੀਮਿੰਟ, ਰੇਤ, ਬਜਰੀ ਔਰ ਸਰੀਏ ਦੀ ਕਰਵਾ ਦਿੱਤੀ ਜਾਏ, ਔਰ ਇਹਨਾਂ ਦੇ ਪਰਿਵਾਰ ਨੂੰ ਜਿਹੜੀ ਛੱਤ ਆਪਣੀ ਮਿਲ ਜਾਏ। ਉਹਦਾ ਕਾਰਨ ਇਹ ਹੈ ਵੀ ਕਿਰਾਏਦਾਰ ਜਿਹੜਾ ਉਹ ਕਿਰਾਏਦਾਰ ਹੀ ਹੁੰਦਾ, ਔਰ ਉਹਨੂੰ ਮਾਲਕ ਮਕਾਨ ਦੇ ਹਮੇਸ਼ਾ ਝਿੜਕਾਂ ਦਾ ਸਾਹਮਣਾ ਵੀ ਕਰਨਾ ਪੈਂਦਾ, ਔਰ ਸਮੇਂ ਸਿਰ ਜੇ ਕਿਰਾਇਆ ਨਹੀਂ ਦਿੱਤਾ ਤਾਂ ਉਸ ਟਾਈਮ 'ਤੇ ਵੀ ਝਿੜਕਾਂ, ਔਰ ਅਗਰ ਬਿੱਲ ਵੱਧ ਆਇਆ ਤਾਂ ਉਸ ਟਾਈਮ 'ਤੇ ਵੀ ਝਿੜਕਾਂ, ਔਰ ਅਗਰ ਬਿੱਲ ਨਹੀਂ ਦਿੱਤਾ ਗਿਆ ਤਾਂ ਫਿਰ ਉਸ ਟਾਈਮ 'ਤੇ ਉਹਨਾਂ ਨੂੰ ਜਿਹੜਾ ਕਿ ਉਹ ਕੱਢਣ ਦੀ ਵੀ ਜਿਹੜੀ ਉਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਇਹ ਖਾਲੀ ਕਰ ਦਿਓ। ਸੋ ਦੋਸਤੋ, ਇਹ ਆਪਣੇ ਪਰਿਵਾਰ ਦੇ ਵਿੱਚ ਸਵਿਤਾ, ਤੁਹਾਡਾ ਨਾਮ ਹੈ ਨਾ, ਇਹ ਸਵਿਤਾ ਨੇ ਔਰ ਗੁਰਦਾਸਪੁਰ ਸ਼ਹਿਰ ਦੇ ਸੰਗਲਪੁਰਾ ਰੋਡ 'ਤੇ ਇਹ ਰਹਿੰਦੇ ਨੇ। ਇਸ ਤੋਂ ਇੱਕ ਜਿਹੜੀ ਇਹਨਾਂ ਦੀ ਮੇਨ ਰਿਕੁਆਇਰਮੈਂਟ ਹੈ ਕਿ ਅਗਰ ਇਹਨਾਂ ਦੇ ਘਰ ਦੇ ਵਿੱਚ ਬਾਥਰੂਮ ਜਾਂ ਟੋਇਲਟ ਦੀ ਵਿਵਸਥਾ ਕਰ ਦਿੱਤੀ ਜਾਏ, ਜਾਂ ਜਿਹੜੇ ਛੋਟੇ ਬੱਚੇ ਔਰ ਬਜ਼ੁਰਗ ਮਾਤਾ ਵਾ ਇਹਨਾਂ ਨੂੰ ਲਾਈਨਾਂ ਤੋਂ ਪਾਰ ਨਾ ਜਾਣਾ ਪਏ ਜਾਂ ਕੁਛ ਇਸ ਤਰ੍ਹਾਂ ਦੀ ਵਿਵਸਥਾ, ਕਿਉਂਕਿ ਇਹ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਕਿਉਂਕਿ ਜਿਹੜੇ ਲੋਕਾਂ ਨੂੰ, ਗਰੀਬ ਲੋਕ ਜਿਹੜੇ ਵਾਕਈ ਡਿਜ਼ਰਵ ਕਰਦੇ ਨੇ, ਉਹਨਾਂ ਵਾਸਤੇ ਗ੍ਰਾਂਟ ਜਾਰੀ ਹੁੰਦੀ ਹੈ, ਔਰ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਵਾਕਈ ਸਰਕਾਰ ਦੀ ਮਦਦ ਦੀ ਲੋੜ ਹੈ, ਤੁਹਾਡੇ ਸਭ ਲੋਕਾਂ ਦੀ ਮਦਦ ਦੀ ਲੋੜ ਹੈ, ਕਿਉਂਕਿ ਵਾਸ਼ਰੂਮ ਹੀ ਨਹੀਂ ਹੈ ਘਰ ਦੇ ਵਿੱਚ, ਔਰ ਜਿੱਥੇ ਰਹਿ ਰਹੇ ਨੇ ਉੱਥੇ ਪਾਣੀ ਨਹੀਂ ਹੈ। ਪਾਣੀ ਹੈਗਾ ਉੱਥੇ? ਬੰਦ ਕੀਤਾ, ਕਿਉਂਕਿ ਲਾਈਟ ਕੱਟੀ ਗਈ ਦੀ ਉੱਥੋਂ। ਹਾਂਜੀ, ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਲਾਈਟ ਨਹੀਂ, ਫਿਰ ਪਾਣੀ ਵੀ ਚੱਲਦੀ ਨਹੀਂ ਹੋਣੀ। ਹਾਂਜੀ, ਬੰਦ। ਬੜਾ ਔਖਾ, ਮਤਲਬ ਕਿੱਦਾਂ ਫਿਰ ਪਾਣੀ ਦੀ ਵਿਵਸਥਾ ਕਿਤੇ ਨਹੀਂ ਮਿਲਦੀ? ਨਹੀਂ, ਪਾਣੀ ਕੋਈ ਵੀ ਨਹੀਂ ਭਰਨ ਦਿੰਦਾ। ਜੇ ਭਰਨ ਦਿੰਦੇ ਉਹ ਕਹਿੰਦੇ ਤੁਹਾਨੂੰ ਕਿੰਨਾ ਕੁ ਪਾਣੀ ਅਸੀਂ ਦਵਾਂਗੇ, ਇਸ ਲਈ ਪਾਣੀ ਲੋਕੀ ਵੀ ਘੱਟ ਦਿੰਦੇ ਆ, ਤੇ ਇਸ ਕਰਕੇ ਅਸੀਂ ਹੁਣ ਬਹੁਤ ਜ਼ਿਆਦਾ ਤੰਗ ਹੈਗੇ ਆ। ਇਸ ਕਰਕੇ ਅਸੀਂ ਕਹਿੰਦੇ ਵੀ ਸਾਡਾ ਬਸ ਸਿਲੰਡਰ ਪੈ ਜਾਏ ਸੀ। ਗੁਰਦਾਸਪੁਰ ਸ਼ਹਿਰ ਦੇ ਸੰਗਲਪੁਰਾ ਰੋਡ ਤੇ ਕੋਈ ਦਾਨੀ ਸੱਜਣ ਨਹੀਂ ਰਹਿੰਦਾ, ਜਾਂ ਕੋਈ ਦਲੇਰ ਨਹੀਂ ਬੰਦਾ ਹੈਗਾ ਵੀ ਜਿਹੜਾ ਇੱਥੇ ਵਿਵਸਥਾ ਕਰਦੇ ਇਹਨਾਂ ਦੀ, ਕੋਈ ਇਹਨਾਂ ਦੇ ਜਿਹੜੇ ਇਹਨਾਂ ਕੋਲ ਲੋਕ ਜਿਹੜੇ ਆਉਂਦੇ ਨੇ ਵੋਟਾਂ ਮੰਗਣ, ਜਾਂ ਹੋਰ ਲੋਕ ਜਿਹੜੇ ਪਰਿਵਾਰ ਨੇ, ਇਹ ਇਹਨਾਂ ਦੀ ਵਿਵਸਥਾ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੈ। ਗੁਰਦਾਸਪੁਰ ਸ਼ਹਿਰ ਦੀ ਜਿਹੜੀ ਵਾਰਡ ਹੈ ਉਹਦੇ ਜਿਹੜੇ MC ਨੇ, ਉਹ ਸਾਰੇ ਮਿਲ ਕੇ ਵਿਵਸਥਾ ਕਰ ਸਕਦੇ ਨੇ ਇੱਕ ਪਰਿਵਾਰ ਦੀ। ਮਤਲਬ ਇਹ ਬਹੁਤ ਹੀ ਸ਼ਰਮਨਾਕ ਤਸਵੀਰ ਆ। ਅਗਰ ਇਹ ਗੁਰਦਾਸਪੁਰ ਸ਼ਹਿਰ ਦੇ ਪਰਿਵਾਰਾਂ ਦੇ ਹਾਲਾਤ ਇਵੇਂ ਰਹਿਣਗੇ ਤਾਂ ਬਹੁਤ ਔਖਾ ਰਹੇਗਾ। ਤੇ ਦੋਸਤੋ, ਜਿਹੜੇ ਦਾਨੀ ਸੱਜਣ ਦੋਸਤ ਨੇ, ਕਿਰਪਾ ਕਰਕੇ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ, ਕਿਉਂਕਿ ਇਹ ਬੱਚੇ ਵਾਸ਼ਰੂਮ ਤੋਂ ਵੀ ਆਤਰ ਨੇ, ਔਰ ਵਾਸ਼ਰੂਮ ਤੱਕ ਦੀ ਸਹੂਲਤ ਇਹਨਾਂ ਕੋਲ ਨਹੀਂ ਹੈ। ਅਤੇ ਮੈਂ ਤਾਂ ਇਹੋ ਰਿਕੁਐਸਟ ਕਰਾਂਗਾ ਵੀ ਜੇ ਵੀਡੀਓ ਦੇਖ ਰਹੇ ਹੋ ਤਾਂ ਉਹਨੂੰ ਸ਼ੇਅਰ ਕਰ ਦਿਓ ਕਮ ਸੇ ਕਮ, ਕਿਉਂਕਿ ਕਮੈਂਟ ਬਾਕਸ ਦੇ ਵਿੱਚ ਬਥੇਰੇ ਲੋਕ ਜਿਹੜੇ ਨੇ ਰਾਏ ਦੇਣ ਵਾਲੇ ਨੇ ਬਹੁਤ ਜ਼ਿਆਦਾ ਵੀ ਐਂ ਕਰ ਦਿਓ ਜੀ, ਜਿਉਂ ਕਰ ਦਿਓ ਜੀ, ਲੇਕਿਨ ਹਾਲਾਤ ਜਿਹੜੇ ਨੇ ਉਹ ਐਕਚੁਅਲ ਦੇਖ ਕੇ ਉਹਦੀ ਮਦਦ ਕਰਨਾ, ਉਹ ਸ਼ਾਇਦ ਜਿਹੜੇ ਲੋਕ ਵੀਡੀਓ ਦੇਖ ਕੇ ਦਾਨੀ ਸੱਜਣ ਨੇ ਉਹ ਜ਼ਰੂਰ ਆਉਣਗੇ ਔਰ ਇਸ ਪਰਿਵਾਰ ਦੀ ਮਦਦ ਕਰਨਗੇ। ਧੰਨਵਾਦ।